ਚਾਚਾ ਜੀ ਅੱਜ ਕੀ ਬਣਾਉਣ ਲੱਗੇ ਆ? ਅਰੇ ਮੁਰਗੇ ਲੈਗ ਪੀਸ ਬਣਾਉਣੇ ਆ। ਅੱਛਾ, ਲਸਣ ਤਿਆਰ ਕਰਦੇ ਆ ਹੁਣ, ਮਸਾਲਾ ਤਿਆਰ ਕਰਕੇ ਤਾਂ ਫੇਰ ਹੁਣ ਦੁਕਾਨਾਂ ਦੇ ਕੰਮ ਹੋਊਗਾ। ਠੀਕ ਹੈ, ਇਹ ਕਿਹਦੇ ਲਈ ਬਣਾਉਣ ਲੱਗੇ ਆ? ਇਹ ਜੀ ਭਰਾ ਮੇਰਾ ਆਇਆ ਕੈਨੇਡਾ ਤੋਂ, ਉਹਨੂੰ ਬਣਾ ਕੇ ਖਵਾਉਣੇ ਆ ਜਰਾ ਰਵਿੰਦਰ ਸਿੰਘ ਢਿੱਲ। ਅੱਛਾ ਜੀ, ਦੂਜਾ ਸਮਾਨ ਮਿਲਿਆ ਤਾਂ ਹੋ ਗਿਆ ਹੁਣ। ਉਹ ਠੀਕ, ਇਹ ਕੁੱਤੀ ਤਾਂ ਮੈਂ ਜਾਣਾ ਆ, ਉਹ ਲਿਆ ਦੂਜਾ ਭਾਈ ਇਹਦੇ। ਹੁਣ ਅਦਕਰ ਪਾਇਆ ਆ, ਅਰਕਰ ਨੂੰ ਕੁੱਟ ਰਹੇ ਹਾਂ। ਬਸ ਪਹਿਲਾਂ ਲਸਣ ਕੁੱਟਿਆ, ਹੁਣ ਅਰਕਰ ਲਿਆ, ਹਰੀਆਂ ਮਿਰਚਾਂ ਨੂੰ ਕਾਕਾ ਚੱਕੇ ਜਰਾ। ਕਹਿੰਦੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ, ਮੂਲੀ ਨਾਲ ਗੰਢਾ ਹੋਵੇ, ਬਾਣ ਵਾਲਾ ਮੰਜਾ ਹੋਵੇ, ਇਹ ਪਤਾ ਲੱਗਦਾ। ਆ ਮੂਲੀਆਂ ਵੀ ਤਾਂ ਪੱਟਣੀਆਂ ਵਾ, ਮਿਰਚਾਂ ਪਾਉਣ ਲੱਗੇ ਵਿੱਚ ਦੇ ਬਾਹਰੇ ਡੇਗਦੀ ਤੂੰ। ਇਹ ਤੁਸੀਂ ਮਿੱਲ ਵਿੱਚ ਕਿੰਨਾ ਚਿਰ ਕੰਮ ਕੀਤਾ ਜੀ? 35 ਸਾਲ। ਯੂਪੀ 'ਚ ਵੀ ਕੀਤਾ, ਇੱਧਰ ਵੀ ਕੀਤਾ, ਗੰਨੇ ਦੀ ਖੰਡ ਬਣਾਈ। ਲੂਣ ਪਾਉਣ ਲੱਗਿਆ ਬਈ, ਜਿਹੜੇ ਪਾਕਿਸਤਾਨੀ ਲੂਣ ਆ ਇਹ, ਥੋੜ੍ਹਾ ਹੋਰ ਪਾ ਦਈਏ। ਚਲ ਹਜੇ ਹੁਣ ਇਹ ਪਾਣੀ ਛੱਡ ਦਿੱਤਾ ਆ, ਹੁਣ ਇਹਦਾ ਕੰਮ ਹੋ ਗਿਆ। ਚਲ ਇਹ ਛੱਡ ਗਿਆ ਇਹ ਮਸਾਲਾ, ਹੁਣ ਕੀ ਕਰਨ, ਆਹੀ ਹੁੰਦਾ ਇਹਦਾ ਕੰਮ। ਹੁਣ ਕੀ ਕਰਦੇ ਜੀ? ਹੁਣ ਕੱਟ ਲਾਉਣੇ ਮਸਾਲਾ ਵਿੱਚ ਰਲੂਗਾ ਇਹਦੇ। ਅੱਛਾ ਜੀ, ਇਹ ਬਾਹਰ ਲਿਆ ਨੂੰ ਮਜ਼ਾ ਵੀ ਆਊਗਾ? ਆਹ ਜਿਹੜਾ ਦੇਖੂਗਾ ਹੁਣ ਆਪੇ ਪਤਾ ਲੱਗੂ। ਤਾਂ ਬਾਹਰ ਕੱਢੋ ਕੋਠੀ, ਜਮ ਗਿਆ। ਇਹ ਕੀ ਆ ਜੀ? ਹਰੀ ਮਿਰਚ ਪਾਤੀ ਆ, ਇਹਨਾਂ ਵਿੱਚ ਕੀ ਆ? ਮੀਟ ਮਸਾਲਾ।
ਇਹ ਕੀ ਹੈ ਜੀ? ਜਿੱਦੀ ਮਰਜ਼ੀ ਆਮ ਕਰੂਗੀ ਇਹਦਾ। ਤੁਸੀਂ ਇਹ ਕੰਮ ਯੂਪੀ ਤੋਂ ਸਿੱਖਿਆ ਜੀ? ਯੂਪੀ ਤੋਂ।
ਕਹਿੰਦੇ ਕਿ ਉਹ ਤਾਂ ਕੱਟੇ ਗਾ ਦੀਵਾਰੇ ਨੂੰ ਅਤਰੇ ਤੇਲ ਤਾਂ ਲੱਗੇ।